ਗੁਰੂ ਰੂਪ, ਗੁਰੂ ਪਿਆਰੀ, ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ। ਇਹ ਜੋ ਬੇਨਤੀਆਂ ਨੇ, ਆਸਾਮ ਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਤੇ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਨੂੰ ਲੈ ਕੇ ਹੈ ਸਾਧ ਸੰਗਤ ਜੀ। ਸਾਧ ਸੰਗਤ ਜੀ, ਕੋਰਟ ਦੇ ਇੱਕ ਫੈਸਲੇ ਨੇ ਸਮੇਂ ਦੀ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਕੋਰਟ ਨੇ ਫੈਸਲਾ ਲਿਆ NSA ਦੇ ਖਿਲਾਫ। ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਉੱਪਰ ਲੱਗੇ NSA ਦੇ ਮਾਮਲੇ ਵਿੱਚ ਹਾਈ ਕੋਰਟ ਨੇ ਦਿੱਤਾ ਸਰਕਾਰ ਨੂੰ ਕਰਾਰਾ ਨੋਟਿਸ ਅਤੇ ਪਾਈ ਝਾੜ ਕਿ ਕਿਸ ਆਧਾਰ ਤੇ ਰੱਖਿਆ ਇੰਨਾ ਚਿਰ ਅੰਦਰ, ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਪਰ ਤੁਸੀਂ ਕਿਸ ਆਧਾਰ ਦੇ ਉੱਪਰ ਇਹ NSA ਲਗਾਈ। 15 ਦਿਨਾਂ ਦੇ ਵਿੱਚ ਦੇ ਦਿਓ ਰਿਹਾਈ, ਨਹੀਂ ਤਾਂ ਨੋਟਿਸ ਜਾਰੀ ਹੋ ਜਾਵੇਗਾ। ਸੋ ਸਾਧ ਸੰਗਤ ਜੀ, ਇਕੱਲੀ ਇਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ, ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ, ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜ਼ਿਕਰ ਕਰਦੇ ਹਾਂ ਆਸਾਮ ਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਹਲਕਾ ਖਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ। ਸਾਧ ਸੰਗਤ ਜੀ, ਤੁਸੀਂ ਇਸ ਗੱਲ ਨੂੰ ਸੋਚਿਓ ਅਤੇ ਵਿਚਾਰਿਓ ਵੀ ਜ਼ਰੂਰ ਕਿ ਭਾਈ ਅੰਮ੍ਰਿਤਪਾਲ ਸਿੰਘ, ਇਹਨਾਂ ਦੇ ਉੱਪਰ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਹੋਇਆ ਹੈ, ਅਤੇ ਐਕਟ ਲੱਗਿਆ ਕਿਸ ਆਧਾਰ 'ਤੇ ਹੈ? ਤੁਸੀਂ ਕੋਈ ਰਿਕਾਰਡ ਚੈੱਕ ਕਰ ਲਿਓ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦਾ। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀਂ ਕੀਤਾ, ਭਾਈ ਅੰਮ੍ਰਿਤਪਾਲ ਸਿੰਘ ਨੇ ਕਿਸੇ ਵੀ ਤਰੀਕੇ ਦਾ ਕੋਈ ਡਾਕਾ ਨਹੀਂ ਮਾਰਿਆ, ਭਾਈ ਅੰਮ੍ਰਿਤਪਾਲ ਸਿੰਘ ਨੇ ਕਿਸੇ ਦੇ ਚਪੇੜ ਨਹੀਂ ਮਾਰੀ, ਅਤੇ ਤੁਸੀਂ ਕਿਸ ਆਧਾਰ 'ਤੇ NSA ਲਗਾ ਦਿੱਤੀ? ਤੁਸੀਂ NSA ਇਸ ਕਰਕੇ ਲਗਾ ਦਿੱਤੀ ਕਿ ਉਹਨਾਂ ਨੇ ਸਿਰਫ ਆਪਣਾ ਹੱਕ ਮੰਗਿਆ? ਕਿਸ ਕਿਸ 'ਤੇ NSA ਲਗਾਓਗੇ? ਹਰ ਇੱਕ ਪੰਜਾਬ ਦਾ ਨੌਜਵਾਨ, ਜਦੋਂ ਗੁਰੂ ਮਹਾਰਾਜ ਨੇ ਉਸਦੇ ਉੱਪਰ ਕਿਰਪਾ ਕਰ ਦਿੱਤੀ, ਹਰ ਇੱਕ ਨੌਜਵਾਨ ਜਾਗੇਗਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਬਣ ਕੇ ਜਵਾਬ ਮੰਗੇਗਾ ਸਮੇਂ ਦੀ ਸਰਕਾਰ ਤੋਂ। ਕਿਸ ਕਿਸ ਦੇ ਉੱਪਰ NSA ਲਗਾਓਗੇ? ਆਪਣੇ ਹੱਕ ਮੰਗਣਾ ਜੇਕਰ ਗੁਨਾਹ ਹੈ ਤਾਂ NSA ਲਗਾਓ, ਕਿਉਂਕਿ ਪੰਜਾਬ ਦਾ ਹਰ ਨੌਜਵਾਨ ਜਾ ਕੇ ਤੁਹਾਡੇ ਤੋਂ ਸਵਾਲ ਜ਼ਰੂਰ ਪੁੱਛੇਗਾ। ਸਾਧ ਸੰਗਤ ਜੀ, NSA ਪਹਿਲੀ ਗੱਲ ਤਾਂ ਕਾਨੂੰਨ ਆਜ਼ਾਦ ਭਾਰਤ ਦਾ ਹੈ ਹੀ ਨਹੀਂ। ਅੰਗਰੇਜ਼ਾਂ ਵੇਲੇ ਦਾ ਕਾਨੂੰਨ ਜਾਣ ਬੁੱਝ ਕੇ ਥੋਪਿਆ ਜਾ ਰਿਹਾ ਹੈ ਅਤੇ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਵੀ ਹੱਕ ਦੀ ਗੱਲ ਕਰਦਾ ਹੈ ਉਸਨੂੰ ਫੜ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ। ਸੋ ਸਾਧ ਸੰਗਤ ਜੀ, ਇਹਨਾਂ ਚੀਜ਼ਾਂ ਦਾ ਇੱਕ ਹੀ ਹੱਲ ਹੈ ਕਿ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਹੱਕ ਦੀ ਅਤੇ ਸੱਚ ਦੀ। ਸੋ ਸਾਧ ਸੰਗਤ ਜੀ, ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।